आकाशवाणी खबरਾ ਨਾਟੇਪਾਲ ਸਿੰਘ ਕੋਲਾ ਪਰਦੇ ਅਤੰਗਵਾਦ ਦਾ ਸਮਰਥਨ ਕਰਨ ਲਈ ਪਾਕਿਸਤਾਨ ਦੀ ਨੁਕਤਾਚੀਨੀ ਕੀਤੀ ਹੈ ਤੇ اسلامਾਬਾਦ ਗਿਆ ਕਿ ਇਹ ਅਤੰਗਵਾਦੀ کارਖਾਨੇ ਬੰਦ ਕਰੇ ਜਿਹੜੇ ਬੰਨੇ ਪਾਰਾ ਸਮਾ ਜੰਮੂ ਕਸ਼ਮੀਰ ਚ ਆਤੰਕੀ ਕਾਰਵਾਈਆਂ ਜਾਰੀ ਰੱਖਦੇ ਨੇ ਚੋਣ ਕਮਿਸ਼ਨ ਨੇ ਹੋਂਦੇ ਲੋਕ ਸਭਾ ਚੋਣਾਂ ਦੌਰਾਨ ਸੀ ਅਸੀ ਪਾਰਟੀਆਂ ਤੇ ਹੋਰਨੇ ਆਪਣੇ ਮੁਤਲਕਾ ਲੜेंगी ਕਾਗਜ਼ ਦਾ ਕਟੋਕਟ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ ਵਿਦੇਸ਼ ਮੰਤਰੀ ਡਾਕਟਰ ਐਜੈ ਸ਼ੰਕਰ ਹੋਰ ਨੇ ਅੰਜੀਆ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੇਨ ਲੂੰਗ ਹੁੰਦੇ ਕਰਨੇ ਮਲਾਟੀ ਕੀਤੀ ਅੱਜ ਮੁਲਕ ਭਰੇ ਚ ਰੰਗੇ ਦਾ ਤਿਆਰ ਉਲੀ ਮਨਾਇਆ ਜਾ ਰਿਹਾ ਹੈ ਤੇ ਮੌਸਮ ਸਰਬੰਦੀ ਭਾਰਤੀ ਮਹਿਕਮੇ ਨੇ ਕੱਲੇ ਤੋੜੀ ਅਰੁਣਾਚਲ ਪ੍ਰਦੇਸ਼ ਅਸਮ ਮੇਘਾਲਿਆ ਸਕੀਮ ਤੇ ਪੱਛਮ ਬੰਗਾਲ ਦੇ ਪਹਾੜੀ ਇਲਾਕੇ ਵਿੱਚ ਗਰਜ ਦੇ ਕਨੇ ਬਰਖਾ ਪੋਨੇ ਦੀ پیشن گوئی ਕੀਤੀ ਹੈ। ਇਹਨਾਂ ਖਬਰ ਦੀ ਤਫਸੀਲ। ਭਾਰਤ ਨੇ ਅਤੰਗਵਾਦ ਦੀ ਮਦਦ ਕਰਨ ਲਈ ਪਾਕਿਸਤਾਨ ਦੀ ਨੁਕਤਾਚੀਨੀ ਕੀਤੀ ਹੈ ਤੇ اسلامਾਬਾਦ ਦੀ ਅਤੰਕੀ ਕਾਰਖਾਨੇ ਬੰਦ ਕਰਨ ਦੀ ਸਲਾਹ ਦਿੱਤੀ ਜਿਹੜੀ ਬੰਨੇਪਾਰਾ ਸਵਾ ਜੰਮੂ ਕਸ਼ਮੀਰ ਵਿੱਚ ਅਤੰਗਵਾਦੀ ਕਾਰਵਾਈਆਂ ਜਾਰੀ ਰੱਖਦੇ ਹਨ। ਨਵੀਂ ਦਿੱਲੀ ਨੇ ਆਖਿਆ ਜੇ ਆਤੰਗਵਾਦੀਆਂ ਗੀ ਪਨਾ ਸਮਰਥਨ ਤੇ ਮਦਦ ਦਿਨਾ ਪਾਕਿਸਤਾਨ ਦਾ ਇਤਿਹਾਸ ਸਿਰ ਆਇਆ ਕੱਲ ਜਨੇਵਾਇਚ ਅੰਤਰ ਸੰਸਦੀ ਸੰਘ ਦੇ 148ਵੇਂ ਸੰਮੇਲਨ ਵਿਚ ਬੋਲਦੇ ਹੋਈ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀ ਵੰਚੋਰੇ ਆਪਣੇ ਸੰਬੋਧਨ ਵਿਚ ਇਹ ਗੱਲ ਆਖੀ ਉਹਨੇ ਆਖਿਆ ਜੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਆਸਿਆ ਪ੍ਰਤੀਬੰਧਿਤ ਸਭ ਨੇ तमाम ਮਤੀ ਸੰਖਿਆ ਇੱਚ ਆਤੰਗਵਾਦੀਆਂ ਗੀ ਅਸਰਮਾਂ ਦੇ ਨਿਦਾਰੀਕਾਰ ਪਾਕਿਸਤਾਨ ਕੋਲ ਹੈ ਉਨੇ ਆਖਿਆ ਜੇ ਵਿਸ਼ਵਿਕ ਆਤੰਗਵਾਦ ਦਾ ਚਿਹਰਾ ਓਸਾਮਾ ਬਿੰਲਾਦਨ ਵੀ ਪਾਕਿਸਤਾਨ ਥਾ ਮਗਾ ਲਬਹਾ 파ਰਤੀ ਇਲਾਕੇ ਦੇ ਬਾਰੇ ਚ ਪਾਕਿਸਤਾਨ ਦੀ ਟਿੱਪਣੀ ਕੀ ਖਾਰਿਸ਼ ਕਰਦੀ ਹਰੇ ਵੰਸ਼ੋਰ ਆਖਿਆ ਜੇ ਇੱਕ ਨੇ ਮੁਲਕ ਅਸਿਆ ਲੋਕਤੰਤਰ ਬਾਰੇ ਲੈਕਚਰ ਦੇਣਾ ਇੱਕ ਮਜ਼ਾਕ ਹੈ ਜਿਹਦੇ ਆਪਣੇ ਲੋਕਤੰਤਰ ਦਾ ਇਤਿਹਾਸ ਇਨਾ ਮਾੜਾ ਹੈ ਉਹਨੇ ਆਖਿਆ ਜੇ ਭਾਰਤ ਦੁਨੀਆ ਦਾ ਸਭਨੇ ਥਾਮਾ ਵੱਡਾ ਲੋਕਤੰਤਰ ਹੈ ਤੇ ਇਸ ਇੱਕ ਆਦਰਸ਼ ਲੋਕਤੰਤਰ ਮੰਨਿਆ ਜਾਂਦਾ ਹੈ ਜੰਮੂ ਕਸ਼ਮੀਰ ਤੇ ਲਦਾਖ ਦੀ ਭਾਰਤ ਦੇ ਅੰਤਰੁਪ ਇਸੇ ਗਲਾਂਦੇ ਹੋਈ ਸ਼੍ਰੀ ਹਰੀ ਵੰਸ਼ੂ ਰਿ ਆਖਿਆ ਜੇ ਦੁਸ਼ ਪ੍ਰਚਾਰ ਕਰਨੇ ਇਹ ਅਸਲੀਅਤ ਬਦਲੀ ਨਹੀਂ ਸਕਦੀ ਚੋਣ ਆਯੋਗ ਆਉਂਦੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਦੇ ਦੌਰਾਨ ਪਰਿਆਵਰਣ ਦੇ ਸਤਤ ਸੁਰੱਖਿਅਤ ਲਈ ਪੜਾਵਾ ਤਿਆਰ ਦਇਆ ਹੈ ਆਯੋਗ ਨੇ ਚੋਣ ਮਸ਼ੀਨਰੀ ਤੇ ਸਿ ਆਸੀ ਪਾਰਟੀਆਂ ਕੀ ਨਿਰਦੇਸ਼ ਜਾਰੀ ਕੀਤੇ ਨੇ ਜਿਉ ਵੋਟਰਾਂ ਦੀ ਫਹਿਰਿਸ ਤੇ ਤੇ ਮਦਦਾਤਾ ਸਮਿਆਂ ਵਿੱਚ ਕਾਗਜ਼ ਦਾ ਟੁਕੜਾ ਟੁਕੜ ਇਸਤੇਮਾਲ ਕਰਨ ਆਯੋਗ ਨੇ ਆਖਿਆ ਜੇ ਈ ਕਿਤਾਬੇ ਤੇ ਈ ਦਸਤਾਵੇਜ਼ੇ ਦਾ ਮਤੇਸ਼ਾ ਮਤਾ ਇਸਤੇਮਾਲ ਕੀਤਾ ਜਾ ਤੇ ਪ੍ਰਿੰਟ ਕਰਦੇ ਲਈ ਕਾਗਜ਼ ਦੇ ਦੋਨੇ ਪੇਠਾ ਪ੍ਰਿੰਟ ਕੀਤਾ ਜਾ ਨਿਰਦੇਸ਼ੇ ਚ ਵੀ ਆਖਿਆ ਗਿਆ ਹੈ ਜੇ ਚੋਣ ਸੰਚਾਰ ਦੌਰਾਨ ਇਲੈਕਟ ਇਲੈਕਟ੍ਰੋਨਿਕ ਤਰੀਕੇ ਕਾਰ ਦਾ ਬੱਦੋਬਸਤ ਇਸਤੇਮਾਲ ਕੀਤਾ ਜਾ ਆਯੋਗ ਨੇ ਚੋਣ ਮਸ਼ਨੀ ਤੇ ਸਿਆਸੀ ਪਾਰਟੀਆਂ ਕੀ ਆਖਿਆ ਜੇ ਉਹ ਇੱਕੇ ਬਾਰੇ ਇਸਤੇਮਾਲ ਵਿੱਚ ਆਉਣ ਵਾਲੇ ਪਲਾਸਟਿਕ ਦੀ ਵਰਤੋਂ ਪਲਿਆ ਗਏ ਨਹੀਂ ਦੇ ਬਰਾਬਰ ਕਰਨ ਤੇ ਪਰਿਆਵਰਣ ਅਨੁਕੂਲ ਲੋਕ ਸਭਾ ਤੇ ਅਸੈਂਬਲੀ ਚੋਣਾਂ ਲਈ ਬਖਬਖ ਕੂੜੇ ਦਾਨ ਲਾਨ ਤੇ ਹਰ ਕਿਸਮ ਦੀ ਰਹਿੰਦ ਖੈਂਦ ਦੀ ਠਿਕਾਨੇ ਲਾਦੇ ਦੇ ਮੁਨਾਸਬ ਪ੍ਰਬੰਧ ਕਰਨ ਮਤਦਾਨ ਪੈਨਲ ਨੇ ਆਖਿਆ ਜੇ ਆਨ ਜਨਲੀ ਪਰਿਆਵਰਣ ਮੁਕ ਫਕ ਗੱਡੀਆਂ ਦਾ ਇਸਤੇਮਾਲ ਕੀਤਾ ਜਾ ਕਾਰ ਪੂਲਿੰਗ ਕੀਤੀ ਜਾ ਤੇ ਮਤਦਾਨ ਦੇ ਦਿਨੇ ਸਾਰਵਜਨਿਕ ਗੱਡੀਆਂ ਦਾ ਇਸਤੇਮਾਲ ਕੀਤਾ ਜਾ ਵਿਦੇਸ਼ ਮੰਤਰੀ ਡਾਕਟਰ ਐਚਾਜ ਸ਼ੰਕਰੋਰੇ ਅੱਜ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਨ ਲੂੰਗ ਹੁੰਦੇ ਕਰਨੇ ਬਲਾਟ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਚ ਡਾਕਟਰ ਜੈ ਸ਼ੰਕਰੋਰੇ ਆਖਿਆ ਜੇ ਸ਼੍ਰੀ ਲੂੰਗ ਦਾ ਸਕਾਰਾਤਮਕ ਵਿਵਹਾਰ भारत सिंगापुर संबंध बारबंधे महेशा मजबूती का स्रोत रहा है डा जयशंकर और एल सिापुर के दे त्रौरे पर एद पहले श्री जयशंकर सिंगापुर विदेश मंत्री विवियन बालाकृष्णन एन बालाकृष्णन भी मलाटी कि मीटिंग दौरान दोने लीडर भारत ते सिंगापुर बशकार दपखी गी होर तगड़ा करने हिंद प्रशांत ते पछ्छमी एशिया जने मुद्दे पर चर्चा कि ਏ ਖਬਰ ਤੁਸ ਆਕਾਸ਼ਵਾਨੀ ਉਪਰਾ ਸੁਨਾਰ ਦੇਵ ਰੰਗੇ ਦਾਤੀ ਔਰ ਓਲੀ ਅੱਜ ਪੂਰੇ ਮੁਲਕੇ ਚ ਮਨਾਇਆ ਜਾਂਦਾ ਹੈ ਇਹ ਦਿਵਾਰ ਬੁਰਾਈ ਉਪਰ ਅਚਾਈ ਦੀ ਜਿੱਤ ਦਾ ਪ੍ਰਤੀਕ ਹੈ ਤੇ ਬਸੰਤ ਰੁੱਤ ਦੇ ਆਉਣ ਦਾ ਪਰ ਮਨਾਇਆ ਜਾਂਦਾ ਹੈ ਇਸ ਦਿਹਾੜੇ ਲੋਗ ਇੱਕ ਦੂਏ ਕੀ ਗੁਲਾਲ ਲਾਂਦੇ ਨੇ ਮੁਹਾਰਤ ਬਾਤ ਦਿੰਦੇ ਨੇ ਮਠਾਈਆ ਵੰਡਦੇ ਨੇ ਤੇ ਵੱਡੇ ਦਾ ਆਸ਼ੀਰਵਾਦ ਲੈਂਦੇ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਪ ਰਾਸ਼ਟਰਪਤੀ ਜਗਦੀਪ ਧਨਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਲੋਕਾਂ ਦੀ ਓਲੀ ਦੀ ਮੁਬਾਰਕਬਾਦ ਦਿੱਤੀ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਰੇ ਆਖਿਆ ਜੇ ਓਲੀ ਖੁਸ਼ੀ ਦਾ ਤਿਉਹਾਰ ਹੈ ਜਿਹੜਾ ਲੋਕਾਂ ਦੇ ਜੀਵਨ ਵਿੱਚ ਆਸਾ ਮੇਦਾ ਤੇ ਜੋਸ਼ ਭਰਦਾ ਹੈ ਉਪ ਰਾਸ਼ਟਰਪਤੀ ਜਗਦੀਪ ਧਨਕਰ ਹੋਰੇ ਆਖਿਆ ਜੇ ਇਹ ਤਿਉਹਾਰ ਲੋਕਾਂ ਵਿੱਚ ਰਿਸ਼ਤੇ ਕੀ ਹੋਰ ਮਜ਼ਬੂਤ ਕਰਦਾ ਹੈ ਤੇ ਬਸੰਤ ਰੁੱਤੇ ਦਾ ਸਵਾਗਤ ਕਰਦਾ ਹੈ ਆਪਣੇ ਸਨੇਹ ਪਰਧਾਨ ਮੰਤਰੀ ਮੋਦੀ ਵਰਿਆਖਿਆ ਜੇ ਓਲੀ ਦਾ ਤਿਵਾਰ ਲੋਕਾਂ ਦੇ ਜੀਵਨ ਵਿੱਚ ਨਮੀ ਊਰਜਾ ਤੇ ਜੋਸ਼ ਦਾ ਸੰਚਾਰ ਕਰਦਾ ਹੈ ਪੰਜਾਬ ਦੀ ਇਹ ਬਖ ਬਖ ਸਰਹਦੀ ਚੌਕੀਆਂ ਉਪਰ ਬੀਐਸਐਫ ਦੇ ਜਵਾਨੇ ਇੱਕ ਦੂਏਗੀ ਲਾਲ ਗੁਲਾਲ ਮਲੀਏ ਓਲੀ ਮਨਾਈ ਸ਼ਹੀਦ ਜਵਾਨੇ ਦੇ ਪਰਿਵਾਰ ਤੇ ਸਕੂਲੀ ਬੱਚੇ ਵੀ ਬੀਐਸਐਫ ਦੇ ਜਵਾਨੇ ਕਰਨੇ ਓਲੀ ਖੇਡੀ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਮੁਲਖੇ ਲਈ ਸ਼ਹੀਦ ਹੋਏ ਦੇ ਜਵਾਨੇ ਦੇ ਕਰਿਆਲੇ ਬੇਸਫ ਕਰਮੀਏ ਦੇ ਮੱਥੇ ਉਪਰ ਤਿਲਕ ਲਾਈਏ ਓਲੀ ਮਨਾਈ ਤੇ ਹੌਸਲਾ ਵਧਾਇਆ ਸੀਮਾ ਸੁਰੱਖਿਆ ਬਲ ਦੇ ਜਵਾਨੇ ਪੂੰਚੀ ਚ ਨਿਯੰਤਰਣ ਰੇਖਾ ਕੋਲ ਰੰਗੇਰਾtiਵਾਰ ਓਲੀ ਮਨਾਈ ਚੁਣੌਤੀ ਵਾਲੇ ਹਾਲਾਤ ਦੇ باوجود ਬੰਨੇ ਉੱਪਰ ਤੈਨਾਨਤ ਇਨੇ ਜਵਾਨੇ ਦਾ ਜਜ਼ਬਾ ਦਿਖਨੇ ਕਾ ਬੰਦਾ ਹਾ ਮੌਸਮ ਸਰਵੰਦੀ ਮੈਕਮ ਨੇ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਸਿੱਕਮ ਤੇ ਪੱਛਮ ਬੰਗਾਲ ਦੇ ਪਹਾੜੀ ਇਲਾਕੇ 'ਚ ਕੱਲੇ ਤੋੜੀ ਬਰਖਾ ਪੋ ਨੇ ਦੀ ਪੇਸ਼ੰਗੋਈ ਕੀਤੀ ਹੈ। ਮੌਸਮ ਮੈਕਮ ਨੇ ਜੰਮੂ ਕਸ਼ਮੀਰ, ਲਦਾਖ, ਗਿਲਗਿਤ, ਬਲਤੀਸਤਾਨ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਸ਼ੁੱਕਰਵਾਰੇ ਤੋੜੀ ਬਰਖਾ ਜਾਂ ਅਲਕੀ ਬਰਫਪਾਰੀ ਉਨੇ ਦੀ ਸੰਭਾਵਨਾ ਦੱਸੀ ਹੈ ਤੁਆਈ ਮੈਕਮੇ ਨੇ ਅਗਲੇ ਦੌਂ ਤਰ੍ਹਾਂ ਦਿਨੇ ਤੋੜੀ ਉੱਤਰ ਪੱਛਮੀ ਭਾਰਤੀ ਚ ਵੱਧੋਬਾ ਤਾਪਮਾਨ ਵਿੱਚ 2 ਸਮਾ 3 ਡਿਗਰੀ ਸੈਲਸੀਅਸ ਤੋੜੀ ਵਾਧੇ ਦੀ ਮੇਤ ਦੱਸੀ ਹੈ ਰਾਜਸਥਾਨ ਮੱਧ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਆਂਧਰ ਪ੍ਰਦੇਸ਼ ਤੇਲੰгана ਤਰਨਾਟਕ ਕੇਰਲ ਤੇ ਤਾਮਿਲਨਾਡੂ ਚ ਵੱਧੋਬਾ ਤਾਪਨ 36 ਸਮਾ 40 ਡਿਗਰੀ ਸੈਲਸੀਅਸ ਬਸਕਾਰ ਹੋਈ ਸਕਦਾ ਹੈ ਮੱਧ ਪ੍ਰਦੇਸ਼ ਦੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਦੇ ਗਰਭਗ੍ਰਹਿ ਵਿੱਚ ਅੱਜ ਬੜਲੇ ਚਾਂਚਕ ਅੱਗ ਲੱਗੀ ਗਈ ਇਹ ਘਟਨਾ ਪਸਮ ਆਰਤੀ ਦੌਰਾਨ ਹੋਈ ਇਸ ਘਟਨਾ ਵਿੱਚ ਪੁਜਾਰੀ ਸਨੇ ਦਰਸ਼ਨਾ ਲੋਕ ਕਾਇਲ ਹੋਣੇ ਦੀ ਖਬਰ ਹੈ ਕਾਇਲੇ ਕੀ ਇੰਦੌਰ ਤੇ ਉਜੈਨ ਹਸਪਤਾਲੇ ਵਿੱਚ ਭਰਤੀ ਕਰਾਇਆ ਗਿਆ ਹੈ ਉਜੈਨ ਦੇ ਕਲੈਕਟਰ ਨੀਰਜ ਸਿੰਘ ਹੋਰੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਹੋਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੇ ਦੇ ਨਿਰਦੇਸ਼ ਦਿੱਤੇ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਉੱਜਾਂਦੇ ਮਹਾਕਾਲ ਮੰਦਿਰੇ ਚ ਅਗਨ ਲੱਗਨੇ ਦੀ ਘਟਨਾ ਪਰ ਦੁੱਖ ਪ੍ਰਗਟ ਕੀਤਾ ਹੈ। ਹੁਨੇ ਇਸ ਆਦਿ ਸੇ ਚ ਕਾਇਲ ਹੋਏ ਦੇ ਸਭ ਨੇ ਸ਼ਰਦਾਲੂ ਦੇ ਤੋਲੇ ਨਰ ਹੋਏ ਉਨੇ ਦੀ ਕਾਮਨਾ ਕੀਤੀ ਹੈ। ਸ਼੍ਰੀ ਮੋਦੀ ਹੋਰੇ ਆਖਿਆ ਜੇ ਰਾਜ ਸਰਕਾਰ ਦੀ ਦਿਖ ਰਿ ਖੇ ਚ ਸਥਾਨੀਏ ਪ੍ਰਸ਼ਾਸਨ ਪੀੜਿਤੇ ਦੀ ਹਰ ਸੰਭਵ ਮਦਦ ਕਰਾ ਕਰਦਾ ਹੈ। ਕਾਂਗਰਸ ਦੇ ਹੋਂਦੇ ਲੋਕ ਸਭਾ ਚੁਣਾਈ ਗਏ ਆਪਣੇ ਪੰਜ ਹੋਰ ਮੇਤਵਾਰਿਆਂ ਦੇ ਨਾਏ ਦੀ ਸੂਚੀ ਜਾਰੀ ਕੀਤੀ ਹੈ ਕਾਂਗਰਸ ਨੇ ਕੋਟਾ ਸਮਾ ਪਰਲਾਦ ਗੁੰਜਲ ਅਜਮੇਰ ਸਮਾ ਰਾਮਚੰਦਰ ਚੌਧਰੀ ਤੇ ਰਾਜ ਸਾਮੰਤ ਸਮਾ ਸੁਦਰਸ਼ਨ ਰਾਵਤ ਦੀ ਟਿਕਟ ਦਿੱਤੀ ਹੈ ਇਹਨੇ ਤਮਿਲਨਾਡੂ ਵਿੱਚ ਤਿਰਨਵੇਲੀ ਸਮਾ ਐਡਵੋਕੇਟ ਸੀ ਰੌਬਰਟ ਬਰੂਸ ਕੀ ਆਪਣਾ ਮੇਤਵਾਰ ਬਣਾਇਆ ਹੈ ਟੈਨਿਸ ਵਿੱਚ ਭਾਰਤ ਦੇ ਰੋਹਨ ਬਪੰਨਾ ਤੇ ਆਸਟ੍ਰੇਲੀਆ ਦੇ ਮੈਥਿਊ ਐਬਡਨ ਦੀ ਜੋੜੀ ਨੇ ਮਿਆਮੀ ਮਾਸਟਰਸ ਏਟੀਪੀ 1000 ਪ੍ਰਤੀਯੋਗਿਤਾ ਵਿੱਚ ਇਟਲੀ ਦੇ ਸਿਮੋਨ बोलेली ते एन्ड्रिया वावासुरी दी जोडी गी अरए ये दुवे गेडी च प्रवेश ਕੀਤਾ ਹੁਣ ਰੋਹਨ ਪਪਨਹਾ ਤੇ ਮੈਥਿਊ ਐਬਡਨ ਦੀ ਜੋੜੀ ਦਾ ਅਗਲਾ ਮੁਕਾਬਲਾ ਹੋਗੋ ਨਾਈਸ ਤੇ ਜੈਨ ਜ਼ੇਲੈਂਸਕੀ ਦੀ ਜੋੜੀ ਕਨੇਗ ਮੁੱਖਮੁਖ ਖਬਰਾਂ ਇੱਕ ਵਾਰੀ ਭੀ ਭਾਰਤ ਨੇ ਅਤੰਕਵਾਦ ਦਾ ਸਮਰਥਨ ਕਰਨ ਲਈ ਪਾਕਿਸਤਾਨ ਦੀ ਨੁਕਤਾਚੀਨੀ ਕੀਤੀ ਹੈ ਤੇ ਇਸਲਾਮਾਬਾਦ ਕੀ ਆਤੰਕਵਾਦੀ ਕਾਰਖਾਨੇ ਬੰਦ ਕਰਨ ਦੀ ਸਲਾਹ ਦਿੱਤੀ ਜਿਹੜੇ ਬੰਨੇ ਪਾਰਾ ਸਵਾ ਜੰਮੂ ਕਸ਼ਮੀਰ ਵਿੱਚ ਆਤੰਕੀ ਕਾਰਵਾਈਆਂ ਜਾਰੀ ਰੱਖਦੇ ਨੇ ਚੋਣ ਕਮਿਸ਼ਨ ਨੇ ਆਉਂਦੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਹੋਰ ਨੇ ਸਭ ਨੇ ਮੁਤਲਕਾ ਤੜੇਗੀ ਕਾਗਜ਼ ਦਾ ਘਟੋ ਘਟ ਇਸਤੇਮਾਲ ਕਰਨ ਲਈ ਆਖਿਆ ਹੈ ਵਿਦੇਸ਼ ਮੰਤਰੀ ਡਾਕਟਰ ਐਚ ਜੈ ਸ਼ੰਕਰ ਹੋਰੇ ਅੱਜ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਨ ਲੂੰਗ ਉਹਨਾਂ ਦੇ ਕੰਨੇ ਮੁਲਾਟੀ ਕੀਤੀ ਅੱਜ ਦੇ ਮੁਲਕ ਭਰੇਚ ਰੰਗੇ ਦਾ ਤਿਉਹਾਰ ਓਲੀ ਮਨਾਇਆ ਜਾ ਕਰਤਾ ਹੈ ਤੇ ਮੌਸਮ ਸਰਬੰਦੀ ਭਾਰਤੀ ਮਹਿਕਮੇ ਨੇ ਕੱਲੇ ਤੋੜੀ ਅਰੁਣਾਚਲ ਪ੍ਰਦੇਸ਼ ਅਸਮ ਮੇਘਾਲਿਆ ਸਿੱਕਿਮ ਤੇ ਪੱਛਮ ਬੰਗਾਲ ਦੇ ਪਹਾੜੀ ਇਲਾਕੇ ਚ ਗਰਜ ਦੇ ਕਰਨੇ ਬਰਖਾ ਪਾਉਣੇ ਦੀ ਪੇਸ਼ੰਗੋਈ ਕੀਤੀ ਹੈ ਖਬਰ ਦੇ ਇਸ ਫੁਲੰਟੇ niche ਬਸ ਇਨਾਗੇ